ਜੀ, ਸਾਡੇ ਕੋਲ ਮੈਟਰ 3-4 ਦਿਨ ਪਹਿਲਾਂ ਆਇਆ ਸੀਗਾ ਅਤੇ ਮੌਕੇ 'ਤੇ SHO ਬਿਆਸਾ ਦਾ ਵਿਜ਼ਿਟ ਕੀਤਾ ਗਿਆ ਸੀਗਾ ਔਰ ਉੱਥੇ ਕੁਛ ਜਿਹੜੇ ਫਾਇਰਿੰਗ ਇੰਸੀਡੈਂਟ ਜਿਹੜੇ ਰਿਪੋਰਟ ਕੀਤੇ ਨੇ ਅਤੇ ਇਸ ਬਾਬਤ ਅਸੀਂ FIR ਰਜਿਸਟਰ ਕਰਕੇ ਅਤੇ ਤਕਨੀਕੀ ਸਪੋਰਟ ਲੈ ਕੇ ਉਹਦਾ ਅਸੀਂ ਫਾਇੰਡ ਆਊਟ ਕਰ ਰਹੇ ਹਾਂ ਕਿ ਫਾਇਰ ਕਰਨ ਵਾਲੇ ਕੌਣ ਆ ਔਰ ਹੋਰ ਵੀ ਐਂਗਲਾਂ ਤੋਂ ਇਸ ਦੀ ਤਫਤੀਸ਼ ਕੀਤੀ ਜਾ ਰਹੀ। 7-8 ਫਾਇਰ ਕਹਿੰਦੇ ਨੇ ਹੋਏ ਆ ਅਤੇ ਇੱਕ ਜਿਹੜਾ ਮਿਸਡ ਰਾਊਂਡ ਆ ਉਹ ਮਿਲਿਆ ਅਤੇ ਬਾਕੀ ਜਿਹੜੇ ਸਾਨੂੰ ਜਿਹੜੇ ਖੋਲ ਨਹੀਂ ਅਜੇ ਤੱਕ ਸਾਨੂੰ ਇੰਨਾ ਕੁ ਪਤਾ ਲੱਗਿਆ ਸੀਸੀਟੀਵੀ ਉੱਤੇ ਕਿ ਇੱਕ ਵਾਈਟ ਕਲਰ ਦੀ ਸਕੂਟੀ ਦੇ ਉੱਤੇ ਕੋਈ ਇੱਕ ਜਿਹੜਾ ਬੰਦਾ ਉਹ ਆਉਂਦਾ ਔਰ ਉਹਨੂੰ ਅਸੀਂ ਸੀਸੀਟੀਵੀ ਦੇ ਫੋਲੋ ਕਰ ਰਹੇ ਹਾਂ ਔਰ ਹੋਪਫੁਲੀ ਆਪਾਂ ਜਲਦੀ ਟਰੇਸ ਕਰ ਰਹੇ ਹਾਂ ਜੀ। ਸਾਡੇ ਕੋਲ ਮੈਟਰ 3-4 ਦਿਨ ਪਹਿਲਾਂ ਆਇਆ ਸੀਗਾ ਅਤੇ ਮੌਕੇ 'ਤੇ SHO ਬਿਆਸਾ ਦਾ ਵਿਜ਼ਿਟ ਕੀਤਾ ਗਿਆ ਸੀਗਾ ਔਰ ਉੱਥੇ ਕੁਛ ਜਿਹੜੇ ਫਾਇਰਿੰਗ ਇੰਸੀਡੈਂਟ ਜਿਹੜੇ ਰਿਪੋਰਟ ਕੀਤੇ ਨੇ ਅਤੇ ਇਸ ਬਾਬਤ ਅਸੀਂ FIR ਰਜਿਸਟਰ ਕਰਕੇ ਅਤੇ ਤਕਨੀਕੀ ਸਪੋਰਟ ਲੈ ਕੇ ਉਹਦਾ ਅਸੀਂ ਫਾਇੰਡ ਆਊਟ ਕਰ ਰਹੇ ਹਾਂ ਕਿ ਫਾਇਰ ਕਰਨ ਵਾਲੇ ਕੌਣ ਆ ਔਰ ਹੋਰ ਵੀ ਐਂਗਲਾਂ ਤੋਂ ਇਸ ਦੀ ਤਫਤੀਸ਼ ਕੀਤੀ ਜਾ ਰਹੀ ਹੈ। 7-8 ਫਾਇਰ ਕਹਿੰਦੇ ਨੇ ਹੋਏ ਆ ਅਤੇ ਇੱਕ ਜਿਹੜਾ ਮਿਸਡ ਰਾਊਂਡ ਆ ਉਹ ਮਿਲਿਆ ਅਤੇ ਬਾਕੀ ਜਿਹੜੇ ਸਾਨੂੰ ਜਿਹੜੇ ਖੋਲ ਨਹੀਂ ਅਜੇ ਤੱਕ ਸਾਨੂੰ ਇੰਨਾ ਕੁ ਪਤਾ ਲੱਗਿਆ ਸੀਸੀਟੀਵੀ ਉੱਤੇ ਕਿ ਇੱਕ ਵਾਈਟ ਕਲਰ ਦੀ ਸਕੂਟੀ ਦੇ ਉੱਤੇ ਕੋਈ ਇੱਕ ਜਿਹੜਾ ਬੰਦਾ ਉਹ ਆਉਂਦਾ ਔਰ ਉਹਨੂੰ ਅਸੀਂ ਸੀਸੀਟੀਵੀ ਦੇ ਫੋਲੋ ਕਰ ਰਹੇ ਹਾਂ ਔਰ ਹੋਪਫੁਲੀ ਆਪਾਂ ਜਲਦੀ ਟਰੇਸ ਕਰ ਰਹੇ ਹਾਂ ਜੀ। ਸਾਡੇ ਕੋਲ ਮੈਟਰ 3-4 ਦਿਨ ਪਹਿਲਾਂ ਆਇਆ ਸੀਗਾ ਅਤੇ ਮੌਕੇ 'ਤੇ SHO ਬਿਆਸਾ ਦਾ ਵਿਜ਼ਿਟ ਕੀਤਾ ਗਿਆ ਸੀਗਾ ਔਰ ਉੱਥੇ ਕੁਛ ਜਿਹੜੇ ਫਾਇਰਿੰਗ ਇੰਸੀਡੈਂਟ ਜਿਹੜੇ ਰਿਪੋਰਟ ਕੀਤੇ ਨੇ ਅਤੇ ਇਸ ਬਾਬਤ ਅਸੀਂ FIR ਰਜਿਸਟਰ ਕਰਕੇ ਅਤੇ ਤਕਨੀਕੀ ਸਪੋਰਟ ਲੈ ਕੇ ਉਹਦਾ ਅਸੀਂ ਫਾਇੰਡ ਆਊਟ ਕਰ ਰਹੇ ਹਾਂ ਕਿ ਫਾਇਰ ਕਰਨ ਵਾਲੇ ਕੌਣ ਆ ਔਰ ਹੋਰ ਵੀ ਐਂਗਲਾਂ ਤੋਂ ਇਸ ਦੀ ਤਫਤੀਸ਼ ਕੀਤੀ ਜਾ ਰਹੀ। 7-8 ਫਾਇਰ ਕਹਿੰਦੇ ਨੇ ਹੋਏ ਆ ਅਤੇ ਇੱਕ ਜਿਹੜਾ ਮਿਸਡ ਰਾਊਂਡ ਆ ਉਹ ਮਿਲਿਆ ਅਤੇ ਬਾਕੀ ਜਿਹੜੇ ਸਾਨੂੰ ਜਿਹੜੇ ਖੋਲ ਨਹੀਂ ਅਜੇ ਤੱਕ ਸਾਨੂੰ ਇੰਨਾ ਕੁ ਪਤਾ ਲੱਗਿਆ ਸੀਸੀਟੀਵੀ ਉੱਤੇ ਕਿ ਇੱਕ ਵਾਈਟ ਕਲਰ ਦੀ ਸਕੂਟੀ ਦੇ ਉੱਤੇ ਕੋਈ ਇੱਕ ਜਿਹੜਾ ਬੰਦਾ ਉਹ ਆਉਂਦਾ ਔਰ ਉਹਨੂੰ ਅਸੀਂ ਸੀਸੀਟੀਵੀ ਦੇ ਫੋਲੋ ਕਰ ਰਹੇ ਹਾਂ ਔਰ ਹੋਪਫੁਲੀ ਆਪਾਂ ਜਲਦੀ ਟਰੇਸ ਕਰ ਰਹੇ ਹਾਂ ਜੀ। ਸਾਡੇ ਕੋਲ ਮੈਟਰ 3-4 ਦਿਨ ਪਹਿਲਾਂ ਆਇਆ ਸੀਗਾ ਅਤੇ ਮੌਕੇ 'ਤੇ SHO ਬਿਆਸਾ ਦਾ ਵਿਜ਼ਿਟ ਕੀਤਾ ਗਿਆ ਸੀਗਾ ਔਰ ਉੱਥੇ ਕੁਛ ਜਿਹੜੇ ਫਾਇਰਿੰਗ ਇੰਸੀਡੈਂਟ ਜਿਹੜੇ ਰਿਪੋਰਟ ਕੀਤੇ ਨੇ ਅਤੇ ਇਸ ਬਾਬਤ ਅਸੀਂ FIR ਰਜਿਸਟਰ ਕਰਕੇ ਅਤੇ ਤਕਨੀਕੀ ਸਪੋਰਟ ਲੈ ਕੇ ਉਹਦਾ ਅਸੀਂ ਫਾਇੰਡ ਆਊਟ ਕਰ ਰਹੇ ਹਾਂ ਕਿ ਫਾਇਰ ਕਰਨ ਵਾਲੇ ਕੌਣ ਆ ਔਰ ਹੋਰ ਵੀ ਐਂਗਲਾਂ ਤੋਂ ਇਸ ਦੀ ਤਫਤੀਸ਼ ਕੀਤੀ ਜਾ ਰਹੀ। 7-8 ਫਾਇਰ ਕਹਿੰਦੇ ਨੇ ਹੋਏ ਆ ਅਤੇ ਇੱਕ ਜਿਹੜਾ ਮਿਸਡ ਰਾਊਂਡ ਆ ਉਹ ਮਿਲਿਆ ਅਤੇ ਬਾਕੀ ਜਿਹੜੇ ਸਾਨੂੰ ਜਿਹੜੇ ਖੋਲ ਨਹੀਂ ਅਜੇ ਤੱਕ ਸਾਨੂੰ ਇੰਨਾ ਕੁ ਪਤਾ ਲੱਗਿਆ ਸੀਸੀਟੀਵੀ ਉੱਤੇ ਕਿ ਇੱਕ ਵਾਈਟ ਕਲਰ ਦੀ ਸਕੂਟੀ ਦੇ ਉੱਤੇ ਕੋਈ ਇੱਕ ਜਿਹੜਾ ਬੰਦਾ ਉਹ ਆਉਂਦਾ ਔਰ ਉਹਨੂੰ ਅਸੀਂ ਸੀਸੀਟੀਵੀ ਦੇ ਫੋਲੋ ਕਰ ਰਹੇ ਹਾਂ ਔਰ ਹੋਪਫੁਲੀ ਆਪਾਂ ਜਲਦੀ ਟਰੇਸ ਕਰ ਰਹੇ ਹਾਂ ਜੀ। ਸਾਡੇ ਕੋਲ ਮੈਟਰ 3-4 ਦਿਨ ਪਹਿਲਾਂ ਆਇਆ ਸੀਗਾ ਅਤੇ ਮੌਕੇ 'ਤੇ SHO ਬਿਆਸਾ ਦਾ ਵਿਜ਼ਿਟ ਕੀਤਾ ਗਿਆ ਸੀਗਾ ਔਰ ਉੱਥੇ ਕੁਛ ਜਿਹੜੇ ਫਾਇਰਿੰਗ ਇੰਸੀਡੈਂਟ ਜਿਹੜੇ ਰਿਪੋਰਟ ਕੀਤੇ ਨੇ ਅਤੇ ਇਸ ਬਾਬਤ ਅਸੀਂ FIR ਰਜਿਸਟਰ ਕਰਕੇ ਅਤੇ ਤਕਨੀਕੀ ਸਪੋਰਟ ਲੈ ਕੇ ਉਹਦਾ ਅਸੀਂ ਫਾਇੰਡ ਆਊਟ ਕਰ ਰਹੇ ਹਾਂ ਕਿ ਫਾਇਰ ਕਰਨ ਵਾਲੇ ਕੌਣ ਆ ਔਰ ਹੋਰ ਵੀ ਐਂਗਲਾਂ ਤੋਂ ਇਸ ਦੀ ਤਫਤੀਸ਼ ਕੀਤੀ ਜਾ ਰਹੀ। 7-8 ਫਾਇਰ ਕਹਿੰਦੇ ਨੇ ਹੋਏ ਆ ਅਤੇ ਇੱਕ ਜਿਹੜਾ ਮਿਸਡ ਰਾਊਂਡ ਆ ਉਹ ਮਿਲਿਆ ਅਤੇ ਬਾਕੀ ਜਿਹੜੇ ਸਾਨੂੰ ਜਿਹੜੇ ਖੋਲ ਨਹੀਂ ਅਜੇ ਤੱਕ ਸਾਨੂੰ ਇੰਨਾ ਕੁ ਪਤਾ ਲੱਗਿਆ ਸੀਸੀਟੀਵੀ ਉੱਤੇ ਕਿ ਇੱਕ ਵਾਈਟ ਕਲਰ ਦੀ ਸਕੂਟੀ ਦੇ ਉੱਤੇ ਕੋਈ ਇੱਕ ਜਿਹੜਾ ਬੰਦਾ ਉਹ ਆਉਂਦਾ ਔਰ ਉਹਨੂੰ ਅਸੀਂ ਸੀਸੀਟੀਵੀ ਦੇ ਫੋਲੋ ਕਰ ਰਹੇ ਹਾਂ ਔਰ ਹੋਪਫੁਲੀ ਆਪਾਂ ਜਲਦੀ ਟਰੇਸ ਕਰ ਰਹੇ ਹਾਂ।